अस्सलाम वालेकुम दोस्तों, वेलकम बैक करते हैं जी सबको अपने YouTube चैनल कसूर पिजन शौक में। तो आज जनाब उस्ताद इश्तियाक साहब उनकी छत के ऊपर उनके मेन ब्रीडर कबूतरों का शौक कर रहे थे, तो उस्ताद जी से थोड़ा सा टाइम लिया था YouTube के लिए वीडियो डालने के लिए। तो उस्ताद जी ने बोला ठीक है आप आ जाना, तो टाइम टेबल के मुताबिक आज उस्ताद जी के पास मौजूद हैं। तो आज हमारे साथ जनाब उस्ताद इश्तियाक साहब, उस्ताद इश्तियाक लाड़ा साहब, तो इनसे आज गुफ्तगू करेंगे इनके सलारे टैडी कबूतरों को, और टैडी कबूतर जो इनके पास मौजूद हैं सलारे भी हैं दूसरे भी हैं उनका शौक करवाएंगे आपको। तो जो दोस्त चैनल पे नए होंगे चैनल को सब्सक्राइब कीजिएगा, इंशाल्लाह ताला आपके लिए ऐसे ही इंफॉर्मेटिव वीडियो लेके आते रहेंगे। और जो दोस्त चैनल पे नए होंगे लाइक और शेयर भी कीजिएगा, और शेयर करने से ये होता है कि हमारे चैनल की प्रमोशन भी होती है, और तमाम दोस्त देखने वाले नए शौकीन हज़रात के लिए कुछ अहम टिप्स भी उनको मिल जाती है। तो कुछ दोस्त करते हैं और पूछते भी हैं, कुछ दोस्तों को ज़्यादा पता होता है, कुछ नहीं भी पता होता, कुछ दोस्त ऐसे होते हैं जो कुंदे के बारे में, हड्डी के बारे में, ज़्यादा प्रवास के बारे में पूछते हैं। लेकिन हम तो सिर्फ इंटरव्यू करते हैं, उस्ताद जी जितने भी उस्ताद हैं हम उनसे सवाल करते हैं, वो उनका जवाब देते हैं। तो बढ़ते हैं उस्ताद जी की तरफ। जी अस्सलाम वालेकुम। वालेकुम अस्सलाम, क्या हाल उस्ताद जी? ठीक ठीक ठाक शुक्र अल्लाह, ये से ठीक है अल्लाह का एहसान। माशाल्लाह बड़ा रिजल्ट आ रहा है, सूरज भी ताडे तकरीबन पीछे ही है, ते बड़ी लुक आ रही है। सुनाओ तबीयत से ठीक है? सब ऐसे अल्हम्दुलिल्लाह सब। अच्छा सलारे टैडी कबूतर दिखाओगे अपने? हाँ जी सलारे टैडी। ठीक है, अपने कोल तकरीबन केड़े कबूतर ने ज्यादातर? मैं भाई सलारे टैडी ने या दूसरे टैडी ने। जी जी, ते तकरीबन ठीक ने, जिस तरह अपने शौक वास्ते। अपने शौक वास्ते रखे। तो तुहानूं वैसे कबूतर केड़े चंगे लगदे? ਮੈਨੂੰ ਜੋਸਰੇ ਟੈਡੀ ਜ਼ਿਆਦਾ ਜੋਸਰੇ ਜ਼ਿਆਦਾ ਲੱਗਦੇ। ਕਿਹੜੇ? ਮਤਲਬ ਚੌਧਰੀ ਵਾਲੇ? ਚੌਧਰੀ ਵਾਲੇ ਕਬੂਤਰ ਸਾਰੇ ਕਬੂਤਰ ਹੀ ਅੱਛੇ ਨੇ, ਇਹ ਨਹੀਂ ਕਿ ਨਹੀਂ, ਲੇਕਿਨ ਹੁੰਦਾ ਕਿ ਚੌਧਰੀ ਵਾਲੇ ਗਹਿਰੇ ਵੀ ਪਸੰਦ ਨੇ, ਇਹ ਨਹੀਂ ਕਿ ਨਹੀਂ। ਠੀਕ ਹੈ, ਗਹਿਰੇ ਵੀ ਪਸੰਦ ਨੇ, ਲੇਕਿਨ ਚੌਧਰੀ ਵਾਲੇ ਕਬੂਤਰ ਵੀ ਪਸੰਦ ਨੇ। ਠੀਕ ਹੈ, ਪਹਿਲੇ ਜੋਸਰੇ ਦਾ ਸ਼ੌਕ ਹੈਗਾ ਸੀ, ਉਹ ਥੋੜੇ ਬਹੁਤੇ ਬਣਾ ਲਿਆ, ਹੁਣ ਗਹਿਰੇ ਦਾ ਸ਼ੌਕ ਆ ਗਿਆ, ਹੁਣ ਗਹਿਰੇ ਬਣਾਉਣਾ ਪਿਆ ਹੁਣ। ਠੀਕ ਹੈ ਠੀਕ ਹੈ, ਇਸ ਤਰ੍ਹਾਂ ਕਿ ਆਸਤਾ ਆਸਤਾ ਫਿਰ। ਉਸਤਾਦ ਜੀ ਇੱਕ ਜੈਸਾ ਕਿ ਸਭ ਨੂੰ ਪਤਾ ਹੈ ਕਿ ਕਬੂਤਰ ਤਾਂ ਹਰ ਬੰਦੇ ਕੋਲ ਹੀ ਅੱਛੇ ਨੇ। ਜੀ ਜੀ, ਸਾਰਿਆਂ ਕੋਲ ਹੀ ਚੰਗੇ ਆ। ਜੀ, ਜਦੋਂ ਕਬੂਤਰ ਆਪਾਂ ਖਰੀਦਣ ਜਾਂਦੇ ਹਾਂ ਜਾਂ ਖਰੀਦ ਕੇ ਲਿਆਉਂਦੇ ਹਾਂ, ਉਹਦੇ ਵਿੱਚ ਕੀ ਐਸਾ ਦੇਖੀਦੇ ਕਿ ਯਾਰ ਇਹ ਕਬੂਤਰ ਸਾਡੇ ਕਬੂਤਰਾਂ ਨਾਲੋਂ ਜ਼ਿਆਦਾ ਚੰਗਾ ਹੈ? ਦੇਖੋ ਜੀ, ਉਹ ਕਬੂਤਰ ਵੇਟਲੈਸ ਹੋਣਾ ਚਾਹੀਦਾ ਹੈ, ਕਬੂਤਰ ਦਾ ਖੁੰਦਾ ਅੱਛਾ ਹੋਣਾ ਚਾਹੀਦਾ ਹੈ। ਠੀਕ ਹੈ, ਬਾਡੀ ਅੱਛੀ ਹੋਣੀ ਚਾਹੀਦੀ ਹੈ। ਠੀਕ ਹੈ, ਤੇ ਬਾਕੀ ਮਜ਼ਬੂਤੀ ਹੋਣੀ ਚਾਹੀਦੀ ਹੈ। ਠੀਕ ਹੈ, ਇਹੋ ਚੀਜ਼ਾਂ ਦੇਖ ਕੇ ਬੰਦਾ ਕਬੂਤਰ ਲਿਆਉਂਦਾ ਹੈ, ਲੇਕਿਨ ਫਿਰ ਅੱਗੇ ਜਾ ਕੇ ਉਹਦਾ ਰਿਜ਼ਲਟ ਲੈਂਦਾ ਹੈ। ਅਗਰ ਮਿਆਰ ਤੇ ਪੂਰਾ ਉਤਰਦੇ ਨੇ ਠੀਕ ਹੈ, ਅਗਰ ਨਹੀਂ ਉਤਰਦੇ ਤੇ ਫਿਰ ਅੱਲਾ ਦੀ ਸਪੁਰਦ ਹੋ ਜਾਂਦੇ ਨੇ। ਠੀਕ ਹੋ ਗਿਆ, ਹਾਂਜੀ ਇਹ ਜ਼ਰਾ ਉੱਥੇ ਰੱਖਣਾ। ਤੇ ਉਸਤਾਦ ਜੀ, ਤੁਸੀਂ ਉਹਦੀ ਗੱਲ ਕੀਤੀ ਨਾ ਕਬੂਤਰ ਵੇਟਲੈਸ ਹੋਣਾ ਚਾਹੀਦਾ ਜਾਂ ਕੋਈ ਵੀ, ਪਹਿਲੀ ਗੱਲ ਤਾਂ ਇਹ ਆ ਕਬੂਤਰ ਵੇਟਲੈਸ ਮਤਲਬ ਹੌਲੇ ਵਜੂਦ ਦਾ ਹੋਵੇ। ਜੀ ਜੀ, ਗੋਸ਼ਤ ਖੋਰਾ ਨਾ ਹੋਵੇ। ਜੀ ਜੀ, ਇੱਕ ਤਾਂ ਕਬੂਤਰ, ਕੁਛ ਦੋਸਤ ਇਹ ਵੀ ਕਹਿੰਦੇ ਨੇ ਯਾਰ ਕਬੂਤਰ ਦੀ ਗ੍ਰਿਪ ਹੋਣੀ ਚਾਹੀਦੀ। ਜੀ, ਮਜ਼ਬੂਤ ਹੋਣਾ ਚਾਹੀਦਾ, ਉਹਨ ਹੱਥ ਚ ਆਵੇ ਕਿ ਤੁਹਾਨੂੰ ਪਤਾ ਲੱਗੇ ਕਬੂਤਰ ਦੀ ਇੱਕ ਗ੍ਰਿਪ ਹੈ। ਜੀ ਜੀ, ਕਬੂਤਰ ਦਾ ਫੜਨ ਦਾ ਵੀ ਅੰਦਾਜ਼ ਹੁੰਦਾ ਹੈ? ਹਾਂਜੀ, ਕਬੂਤਰ ਕਬੂਤਰ ਉਹ ਹੋਣਾ ਚਾਹੀਦਾ ਜਿਹੜਾ ਹੱਥ ਦੇ ਵਿੱਚੋਂ ਤਿਲਕੇ। ਹਾਂ, ਮੁਲਾਇਮ, ਮੁਲਾਇਮੀਅਤ ਹੋਣੀ ਚਾਹੀਦੀ। ਠੀਕ ਹੈ, ਜ਼ਰੂਰੀ ਨਹੀਂ ਕਿ ਉਹ ਮੋਟਾ ਹੋਵੇ ਜਾਂ ਪਤਲਾ ਹੋਵੇ ਜਾਂ ਜਿਵੇਂ ਦਾ ਵੀ ਹੋਵੇ। ਠੀਕ ਹੈ, ਕਬੂਤਰ ਨੂੰ ਹੱਥ ਵਿੱਚੋਂ ਐਂ ਬੰਦਾ ਜਦੋਂ ਦੇਖਣ ਲੱਗੇ ਤੇ ਮਹਿਸੂਸ ਹੋਵੇ ਹੱਥ ਵਿੱਚੋਂ ਤਿਲਕ ਲੱਗ ਗਿਆ। ਬਿਲਕੁਲ, ਅੱਗੇ ਬੋਡੀ ਚੌੜੀ, ਇਹ ਚੀਜ਼ ਚੌੜੀ ਹੋਣੀ ਚਾਹੀਦੀ, ਪਿੱਛੋਂ ਸਲੀਮ ਹੋਣਾ ਚਾਹੀਦਾ। ਠੀਕ ਹੋ ਗਿਆ, ਕੁੰਦਾ ਅੱਛਾ ਹੋਣਾ ਚਾਹੀਦਾ, ਕੁੰਦੇ ਤੇ ਸਭ ਤੋਂ ਜ਼ਿਆਦਾ ਡਿਪੈਂਡ ਕਰਦਾ, ਕੁੰਦਾ ਅੱਛਾ ਹੋਣਾ ਚਾਹੀਦਾ। ਠੀਕ ਹੈ, ਉਸ ਤੋਂ ਬਾਅਦ ਅੱਖ ਪਰ ਜਿਹੜਾ ਮਤਲਬ ਆਉਂਦਾ ਹੈ ਕੁੰਦੇ। ਹਾਂਜੀ, ਬਾਕੀ ਸਾਰੀਆਂ ਚੀਜ਼ਾਂ ਫਿਰ ਵਿੱਚ ਸ਼ੁਮਾਰ ਹੋ ਜਾਂਦੀਆਂ ਬਾਈ, ਕੁੰਦਾ ਅੱਛਾ ਹੋਵੇਗਾ ਨਾ ਤੇ ਤੁਹਾਨੂੰ ਦੂਸਰੀਆਂ ਚੀਜ਼ਾਂ ਵੀ ਮਹਿਸੂਸ ਹੋਣਗੀਆਂ ਅੱਛੀਆਂ ਨੇ। ਠੀਕ ਹੈ, ਅੱਖ ਵੀ ਅੱਛੀ ਮਹਿਸੂਸ ਹੋਏਗੀ, ਚਿਹਰਾ ਨਹੀਂ। ਕੁੰਦਾ ਮਿਸਾਲ ਤੌਰ ਤੇ ਇੱਕ ਕੁੰਦਾ ਹੁੰਦਾ ਨਾ ਗੋਲ। ਜੀ ਜੀ, ਇੱਕ ਹੁੰਦਾ ਬਰੀਕ ਕੁੰਦਾ, ਮਤਲਬ 9-10, 8-9-10 ਪਰ ਬਰੀਕ ਹੁੰਦਾ। ਜੀ, ਠੀਕ ਹੈ, ਕਈ ਪਰ ਹੁੰਦੇ ਨੇ ਅੱਗੋਂ ਗੋਲ ਹੋ ਜਾਂਦੇ ਨੇ। ਹਾਂਜੀ, ਤੇ ਤੁਸੀਂ ਗੋਲ ਨੂੰ ਮੰਨਦੇ ਹੋ? ਜ਼ਿਆਦਾ ਗੋਲ ਨੂੰ ਕਿ ਘੱਟ ਗੋਲ ਨੂੰ? ਨਹੀਂ, ਨਾਰਮਲੀ ਗੋਲ, ਨਾਰਮਲ ਗੋਲ। ਕਬੂਤਰ ਦੀ ਸ਼ੇਪ, ਯਾਨੀ ਕਿ ਜਿਹੜੇ ਇਹ ਬੋਡੀ ਦੇ ਪਰ ਹੁੰਦੇ ਨੇ 10, ਯਾਨੀ ਕਿ 8-9-10। ਜੀ ਜੀ, ਉਹ ਥੋੜਾ ਜਿਹਾ ਹੋਣਾ ਚਾਹੀਦਾ ਬਾਹਰ ਵਾਲੀ ਸਾਈਡ ਨੂੰ। ਠੀਕ ਹੈ, ਤੇ ਜਿਹੜਾ ਆ ਜਾਂਦਾ ਐਂਡ ਤੇ ਆ ਜਾਂਦਾ 9-10, ਯਾਨੀ ਕਿ ਸੋਰੀ ਪਹਿਲਾਂ ਮੈਂ ਤੁਹਾਨੂੰ ਕਹਿ ਰਿਹਾ ਪਹਿਲੀ ਕਲੀ ਦੂਸਰੀ ਕਲੀ, ਯਾਨੀ ਕਿ 4 ਕਲੀ ਤੀਕਰ ਨਾਲ ਪਾਰ ਹੋਣਾ ਚਾਹੀਦਾ ਬਾਹਰ ਨੂੰ। ਠੀਕ ਹੈ, ਤੇ ਜਿਹੜਾ 9-10 ਜਿਹੜਾ ਨਾ ਪਾਰ ਆ ਜਾਂਦਾ ਉਹ ਅੰਦਰ ਨੂੰ ਹੋਣਾ ਚਾਹੀਦਾ ਥੋੜ੍ਹਾ ਜਿਹਾ। ਠੀਕ ਹੈ, ਉੱਪਰ ਜਾ ਕੇ ਅੰਦਰ ਨੂੰ ਹੋਣਾ ਚਾਹੀਦਾ। ਕਬੂਤਰ ਅੱਛਾ ਹੁੰਦਾ ਹੈ। ਠੀਕ ਹੋ ਗਿਆ, ਗੋਲ ਗੇੜੇ ਦਾ ਕਬੂਤਰ ਹੁੰਦਾ ਹੈ। ਔਰ ਸਾਨੂੰ ਦਿਖਾਓਗੇ ਵੀ ਜੀ ਕਿਸ ਤਰ੍ਹਾਂ ਦਾ ਹੁੰਦਾ ਹੈ? ਜੀ ਮੈਂ ਦਿਖਾ, ਚਲੋ ਦਿਖਾਓ। ਲੈ ਜੀ ਦੋਸਤੋ, ਇਹ ਸਭ ਤੋਂ ਪਹਿਲੇ ਉਸਤਾਦ ਜੀ ਕਬੂਤਰ ਲੈ ਕੇ ਆਏ ਆਪਣੇ ਲਈ ਦਿਖਾਉਣ ਕੇ ਲਈ। ਜੀ ਉਸਤਾਦ ਜੀ,
सबसे पहले इसकी आइज़ का शॉक करवा दें। तो ये देखें, बॉडी स्ट्रक्चर भी बहुत अच्छा है, लाजवाब जी। साहब जी पहला कबूतर ही भाग मदा कर आज ते, लाजवाब ते बेमिसाल, क्या बात है। ये केड़ी ब्लड लाइन नाल तलग रखता है जी? बेसिकली टैडी है भाई कबूतर, नहीं चौधरी साहब वाला है, मियां साहब नहीं, मियां साहब उन्होंने, मियां साहब वाले जी। ਤੁਸੀਂ ਕਿੱਥੋਂ ਲਿਆ? ਮੈਂ ਮੀਆਂ ਸਾਹਿਬ ਉਹਨਾਂ ਕੋਲੋਂ ਲਿਆ ਹੋਇਆ, ਮੇਰੇ ਦੋਸਤ ਹੈਗੇ ਨੇ ਅਤੇ ਮੈਂ ਉਹਨਾਂ ਕੋਲੋਂ ਲਿਆ ਸੀ, ਲੇਕਿਨ ਉਹ ਮੀਆਂ ਸਾਹਿਬ ਉਹਨਾਂ ਕੋਲੋਂ ਹੀ ਲੈ ਕੇ ਆਏ ਸੀ। ਇਹਨਾਂ ਦੇ ਮਾਂ ਪਿਓ ਸਾਰੇ ਅੱਛੇ ਰਿਜ਼ਲਟ ਨੇ, ਠੀਕ। ਵਕਾਰ ਭਾਈ ਹੈਗੇ ਨੇ, ਵਕਾਰ ਖਾਨ ਸਾਹਿਬ, ਠੀਕ ਹੋ ਗਏ, ਮੇਰੇ ਬੜੇ ਅੱਛੇ ਦੋਸਤ ਨੇ। ਕੁੰਦਾ ਦਿਖਾਓ ਜ਼ਰਾ, ਕੁੰਦੇ ਦੇ ਬਾਰੇ ਆਪਣੀ ਗੁਫ਼ਤਗੂ ਹੋ ਰਹੀ ਸੀ। ਕੁੰਦੇ ਭਾਈ ਇਹ ਦੇਖੋ ਭਾਈ, ਮੈਂ ਤੁਹਾਨੂੰ ਕਹਿ ਰਿਹਾ ਸਰ ਕਿ ਇਹ ਚੀਜ਼ਾਂ ਥੋੜ੍ਹੀ ਜਿਹੀ ਬਾਹਰ ਹੋਣੀਆਂ ਚਾਹੀਦੀਆਂ, ਮਤਲਬ ਇਹ ਬਾਰ ਬਾਹਰ ਹੋਣੇ, ਹਾਂਜੀ ਇਹ ਬਾਰ ਬਾਹਰ ਹੋਣੀ ਚਾਹੀਦੀ। ਨਹੀਂ ਇਹਨਾਂ 'ਚ ਕੋਈ ਥੋੜ੍ਹੀ ਜਿਹੀ ਕਰਲਿੰਗ ਹੋਣੀ ਚਾਹੀਦੀ, ਮਤਲਬ ਜਿਵੇਂ ਦੇ ਪਰ ਜਾ ਰਹੀ ਹੈ, ਦੇਖੋ ਨਾ ਪਰ ਸਿੱਧਾ ਨਹੀਂ, ਸਟ੍ਰੇਟ ਨਹੀਂ, ਇਹ ਸਿੱਧਾ ਜਾ ਰਿਹਾ, ਥੋੜ੍ਹਾ ਜਿਹਾ ਬਾਹਰ ਨੂੰ ਹੋਣਾ ਚਾਹੀਦਾ ਬਾਈ, ਮਤਲਬ ਤੁਹਾਡੇ ਕਹਿਣ ਦਾ ਮਤਲਬ ਇੰਜ ਜਾ ਕੇ ਬਾਹਰ ਨੂੰ ਹੋਵੇ, ਬਾਹਰ ਨੂੰ ਹੋਵੇ, ਹਾਂਜੀ ਠੀਕ ਹੋ ਗਿਆ। ਇਹ ਦੇਖੋ ਨਾ ਬਾਈ, ਇਹ ਦੇਖੋ ਅਜੇ ਤੱਕ ਇਹ ਪਰ ਅੰਦਰ ਨੂੰ ਨੇ, ਹਾਂਜੀ ਇਹ ਪਰ ਇੰਜ ਜਾ ਰਿਹਾ ਤੇ ਫਿਰ ਇੰਜ ਬਾਹਰ ਨੂੰ ਜਾ ਰਿਹਾ। ਇਹ ਦੇਖੋ ਉੱਪਰ ਜਾ ਕੇ ਇਹ ਵੀ ਅੰਦਰ ਨੂੰ ਜਾ ਰਹੇ ਨੇ, ਕੀ ਬਾਤ। ਮੈਂ ਪੂਰਾ ਕੁੰਦਾ ਖੋਲਿਆ, ਅੱਛਾ 10ਵੇਂ ਕੁੰਦੇ, 9ਵੇਂ 8ਵੇਂ 9ਵੇਂ 10ਵੇਂ, ਹਾਲਾਂਕਿ ਐਸੋ ਤੱਕ ਕੁੰਦਾ ਹੈ ਲੇਕਿਨ ਮੈਂ ਪੂਰਾ ਖੋਲਿਆ ਹੈ, ਬਿਲਕੁਲ ਸਹੀ ਹੈ, ਲੇਕਿਨ ਉਹ ਆਪਣੀ ਬਗਲ ਨਹੀਂ ਛੱਡ ਰਿਹਾ ਕੁੰਦਾ। ਅੱਛਾ 9ਵੇਂ 8ਵਾਂ 9ਵਾਂ 10ਵੇਂ ਦੇ ਬਾਰੇ ਤੁਸੀਂ ਦੱਸ ਰਹੇ ਹੋ? ਇਹ ਦੇਖੋ ਭਾਈ ਅੰਦਰ ਨੂੰ ਜਾ ਰਹੇ ਨੇ, ਉੱਪਰ ਜਾ ਕੇ ਬਾਹਰ ਨੂੰ ਚਲੇ ਗਏ ਨੇ, ਬਿਲਕੁਲ ਸਹੀ, ਇੱਥੋਂ ਅੰਦਰ ਨੂੰ ਜਾ ਰਹੇ ਨੇ। ਨਹੀਂ ਉਂਝ ਕਈ ਦੋਸਤ ਕਹਿੰਦੇ ਨੇ ਇਹ ਕੁੰਦੇ 'ਚ ਇੰਝ ਗਾਇਬ ਹੋਣਾ ਚਾਹੀਦਾ, ਉਹ ਵੀ ਬੜੇ ਅੱਛੇ ਕਬੂਤਰ ਹੁੰਦੇ ਆ। ਵੇਖੋ ਜੀ ਉਹਨਾਂ ਦੇ ਹੁੰਦੇ ਹੋਣਗੇ, ਲੇਕਿਨ ਹੋਣਾ ਨਹੀਂ ਚਾਹੀਦਾ, ਨਹੀਂ ਹੋਣਾ ਚਾਹੀਦਾ। ਥੱਲੇ ਆ ਕੇ ਕਬੂਤਰ ਪ੍ਰਵਾਸ ਕਰਕੇ ਥੱਲੇ ਆ ਕੇ ਕਬੂਤਰ ਲਾਮ ਮਾਰ ਸਕਦਾ, ਘਰ ਨਹੀਂ ਬੈਠ ਸਕਦਾ, ਬੜੀ ਅੱਛੀ ਜ਼ਾਇਆ ਹੋ ਸਕਦਾ, ਕਿਉਂਕਿ ਅਗਰ ਇਹਦੇ 'ਚ ਗਾਇਬ ਹੋਏਗਾ ਨਾ ਜੀ ਜੀ, ਕਬੂਤਰ ਲੰਮਾ ਜਾਣਾ ਸ਼ੁਰੂ ਹੋ ਜਾਏ ਜੀ, ਮੇਰੇ ਜ਼ਹਿਨ ਦਾ ਮਤਲਬ ਜੀ ਬਿਲਕੁਲ ਲੰਮਾ ਜਾਂਦਾ, ਕੋਈ ਉਸਤਾਦ ਨਹੀਂ ਹੈਗਾ, ਲੰਮਾ ਜਾਂਦਾ ਇੱਕ, ਮੈਂ ਮੇਰੇ ਨਜ਼ਰੀਏ ਦੇ ਮੁਤਾਬਕ ਨਹੀਂ ਨਿਸ਼ਾਨ ਬਾਈ, ਗਾਇਬ ਆ ਜਾਏਗਾ ਨਾ ਪਰ ਜੀ, ਗਾਇਬ ਆ ਜਾਏਗਾ ਕਬੂਤਰ, ਇਹ ਦੇਖੋ ਨਾ ਬਾਈ ਹਵਾ ਨਹੀਂ ਭਰੀ ਜਾਏਗੀ, ਹਾਂਜੀ ਕਬੂਤਰ ਲੰਮਾ ਜਾਣਾ ਸ਼ੁਰੂ ਹੋ ਜਾਏਗਾ, ਹਾਈਟ 'ਚ ਹੁੰਦਾ ਉਦੋਂ ਹਵਾ 'ਚ ਹੁੰਦਾ, ਥੱਲੇ ਆ ਕੇ ਹਵਾ ਘੱਟ, ਦੇਖੋ ਵਾਈਬ੍ਰੇਸ਼ਨ ਹੀ ਨਹੀਂ ਹੁੰਦੀ ਖਤਮ ਹੋ ਰਹੀ, ਹਾਲਾਂਕਿ ਇਹ ਦੇਖੋ ਕਬੂਤਰ ਮਜ਼ਬੂਤ ਵੀ ਹੈ ਨਿਸ਼ਾਨ ਬਾਈ, ਤੁਸੀਂ ਦੇਖਿਆ ਹੋਵੇ ਤੁਸੀਂ, ਇਹ ਮਜ਼ਬੂਤ ਵੀ ਕਬੂਤਰ, ਮੇਰੇ ਹੱਥ ਵਿੱਚ ਤਿਲਕ ਰਿਹਾ, ਮੈਂ ਬੜਾ ਜ਼ੋਰ ਦੀ ਫੜਿਆ ਹੋਇਆ, ਹਾਂ 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 ਠੀਕ ਹੈ, ਤੇ ਲੇਕਿਨ ਉਹਦਾ ਕੁੰਦਾ ਦੇਖੋ, ਪੰਜੇ ਦਿਖਾਓ ਉਹਦਾ ਕੁੰਦਾ ਦੇਖੋ ਬਾਈ, ਸਿਰਫ ਅਜੇ ਦੇਖੋ ਕੋਈ ਵੀ ਚੀਜ਼ ਨਹੀਂ ਨਾਲ ਲਗਾਈ, ਹਾਂਜੀ ਨਹੀਂ ਅਗਰ ਕਬੂਤਰ ਆਪਾਂ ਕੋਈ ਵੀ ਮਤਲਬ ਮਾਰਕੀਟ 'ਚੋਂ ਖਰੀਦਣੇ ਆ ਜੀ ਜੀ, ਉਹ ਕਿਸ ਲਿਹਾਜ਼ ਨਾਲ ਖਰੀਦ ਸਕਦੇ ਆ? ਮਾਰਕੀਟ 'ਚ ਕਬੂਤਰ ਬਾਈ ਬਲੈਡ ਲਾਈਨ ਅੱਛੀ ਦਾ ਤੁਹਾਨੂੰ ਨਹੀਂ ਮਾਰਕੀਟ 'ਚੋਂ ਪਤਾ ਚੱਲ ਸਕਦਾ, ਲੇਕਿਨ ਉਹਦੇ ਵਿੱਚ ਇਹ ਹੈਗਾ ਕਿ ਤੁਸੀਂ ਕੁੰਦੇ ਦੀ ਅੱਖ ਦੀ ਬਨਾਵਟ ਦੀ ਯਾਨੀ ਕਿ ਮਜ਼ਬੂਤੀ ਦੀ ਤੁਸੀਂ ਚੀਜ਼ ਕਰਕੇ ਤੁਸੀਂ ਲੈ ਨਹੀਂ, ਮਤਲਬ ਪੁਆਇੰਟਾਂ ਦੇ, ਲੇਕਿਨ ਕੋਸ਼ਿਸ਼ ਕਰੋ ਭਾਈ ਕਿ ਤੁਸੀਂ ਨਾ ਇਹਦੇ ਵਿੱਚ ਮਿਸਾਲ ਦੇ ਤੌਰ 'ਤੇ ਇਹ ਕਬੂਤਰ ਹੈਗਾ, ਮੈਂ ਮਾਰਕੀਟ ਦੇ ਵਿੱਚ ਅਗਰ ਖਰੀਦਣਾ, ਮੈਨੂੰ ਇਹਦਾ ਪਤਾ ਹੋਣਾ ਚਾਹੀਦਾ ਕਿ ਯਾਰ ਇਹ ਮੀਆਂ ਸਾਹਿਬ ਉਹਨਾਂ ਦੇ ਕਬੂਤਰਾਂ ਦੇ ਵਿੱਚੋਂ ਫਲਾਣੀ ਬਲੈਡ ਲਾਈਨ ਦੇ ਵਿੱਚੋਂ ਹੋ ਸਕਦਾ, ਇਹ ਮੈਂ ਸਵਾਲ ਕਰ ਰਿਹਾ, ਹਾਂਜੀ ਫਲਾਣੀ ਬਲੈਡ ਲਾਈਨ ਦੇ ਵਿੱਚੋਂ ਹੋ ਸਕਦਾ ਹੈ, ਅਤੇ ਮੈਂ ਇਹਨੂੰ ਅਗਰ ਆਪਣੇ ਕਬੂਤਰਾਂ ਵਿੱਚ ਅਟੈਚ ਕਰਕੇ ਦੇਖਾਂ, ਸ਼ਾਇਦ ਮੈਨੂੰ ਰਿਜ਼ਲਟ ਅੱਛਾ ਮਿਲ ਜਾਵੇ, ਬਿਲਕੁਲ ਠੀਕ ਜੀ, ਅਗਰ ਵੇਖੋ ਜੀ ਇਹ ਖਰਬੂਜ਼ਿਆਂ ਦਾ ਵਾੜਾ, ਕੋਈ ਪਸੰਦ ਆ ਜਾਂਦੇ ਨੇ, ਕੋਈ ਨਹੀਂ ਆਉਂਦੇ, ਕੋਈ ਕਿਸ ਤਰ੍ਹਾਂ ਚੱਲ ਮਿੱਠਾ ਨਿਕਲ ਆਇਆ ਤਾਂ ਕੋਈ ਫਿੱਕਾ ਨਿਕਲ ਆਇਆ ਜੀ, ਉਹ ਜੋ ਅਕਸਰ ਉਸਤਾਦ ਕਹਿੰਦੇ ਹੁੰਦੇ ਨੇ ਜੀ, ਅਗਰ ਪਤਾ ਜੋ ਚੱਲ ਜਾਵੇ ਤਾਂ ਫਿਰ ਬੰਦਾ 2-4 ਜੋੜੇ ਹੀ ਰੱਖ ਲਵੇ, ਫਿਰ 100 ਜਾਂ 200 ਜੋੜਾ ਰੱਖ ਲਵੇ ਹਾਂਜੀ ਬਿਲਕੁਲ ਪਹਿਲਾਂ ਸਹੀ ਭਾਈ ਬੰਦਾ ਟਰਾਈ ਕਰਦਾ ਰਹਿੰਦਾ ਜਿੰਦਗੀ ਦੇ ਨਾਲ ਮੈਂ ਕਿਹਾ ਮੀਆਂ ਸਾਹਿਬ ਮੈਨੂੰ ਕੋਈ ਅੱਛੀ ਜਿਹੀ ਬਲੈਡ ਲਾਈਨ ਦਿਓ, ਕਿ ਜਿਹੜੀ ਨਾ ਮੈਂ ਉਹਨੇ ਕਿਹਾ ਪੁੱਤਰ ਮੈਂ ਤਾਂ ਪੌੜੀਆਂ ਚੜ੍ਹਨਾ ਵਾ, ਜੇ ਪਹਿਲੀ ਮੰਜ਼ਿਲ 'ਤੇ ਚੜ੍ਹਿਆ ਵਾਂ, ਠੀਕ ਹੈ, ਅਤੇ ਬਸ ਜ਼ਿੰਦਗੀ ਦੇ ਦਿਨ ਨੇ, ਅਤੇ ਅਜੇ ਤਾਂ 7 ਮੰਜ਼ਿਲਾਂ ਪਈਆਂ ਹੋਈਆਂ, ਜੇ 6 ਮੰਜ਼ਿਲਾਂ ਸੋਰੀ ਪਈਆਂ ਹੋਈਆਂ, ਅਜੇ ਤਾਂ ਮੈਂ ਪਹਿਲੀ ਮੰਜ਼ਿਲ 'ਤੇ ਚੜ੍ਹਿਆ, ਠੀਕ ਹੈ, ਪਰ ਇਹੋ ਹੀ ਵਜ੍ਹਾ ਹੈ ਕਿ ਅਕਸਰ ਉਸਤਾਦ ਪਹਿਲੀ ਮੰਜ਼ਿਲ ਤੋਂ ਹੀ ਅੱਲਾ ਦੀ ਸਪੁਰਦ ਹੋ ਜਾਂਦੇ ਨੇ, ਬਿਲਕੁਲ, ਜਾਂ ਦੂਸਰੀ ਮੰਜ਼ਿਲ ਤੋਂ ਜਾ ਕੇ ਅੱਲਾ ਦੀ ਸਪੁਰਦ ਹੋਈ, ਲੇਕਿਨ ਮੀਆਂ ਸਾਹਿਬ ਨਾ ਵਰਗੇ, ਕਿਆ ਬਾਤ ਹੈ, ਅੱਲਾ ਉਹਨਾਂ ਨੂੰ ਜਿੰਨਾ 'ਚ ਅੱਲਾ ਮੁਕਾਮ ਦੇਵੇ, ਕਿਆ ਬਾਤ, ਉਹਨਾਂ ਨੇ ਕਬੂਤਰਬਾਜ਼ੀ ਨੂੰ ਹੁਸਨ ਵੀ ਦੇ ਦਿੱਤਾ, ਮਜ਼ਾ ਵੀ ਦੇ ਦਿੱਤਾ। ਲਓ ਜੀ ਉਸਤਾਦ ਜੀ ਨੇ ਇਹਦਾ ਪੰਜਿਆਂ ਦਾ ਵੀ ਸ਼ੌਕ ਕਰਾਉਣਾ, ਲਓ ਜੀ ਦੇਖੋ ਬਰੀਕ ਨਲੀਆਂ ਅਤੇ ਬਰੀਕ ਹੀ ਪੰਜੇ, ਖੁੱਲ੍ਹੇ ਪੰਜਿਆਂ ਦਾ ਕਬੂਤਰ, ਇਹ ਦੇਖੋ ਕਿਆ ਬਾਤ ਹੈ, ਜ਼ਬਰਦਸਤ, ਦਿਖਾਓ ਮਾਦੀ ਕਿਹੜੀ ਲਾਈ ਜਿਹਦੇ ਨਾਲ? ਮੈਂ ਮਾਦੀ ਨਹੀਂ ਆ, ਇਹ ਦੇਖੇ ਜੀ ਇਹ ਇਹ ਲਾਈ ਉਸਤਾਦ ਜੀ ਮਾਦੀ, ਹਾਂਜੀ ਮਾਦੀ ਲਾਈ ਜੀ, ਬੜੀ ਮਾਦੀ ਲਾਈ ਜੀ, ਇਹ ਕੰਟਰਾਸਟ ਹੀ ਕਰਕੇ ਲਾਈ ਜੀ, ਨਹੀਂ ਬੜਾ ਅੱਛਾ ਰਿਜ਼ਲਟ ਦਿੰਦੇ ਜੀ ਭਾਈ, ਬੜਾ ਮਜ਼ੇਦਾਰ, ਅੱਖ ਦਾ ਜ਼ਰਾ ਸ਼ੌਕ ਕਰਾਓ ਹੁਣ ਦੁਬਾਰਾ, ਲਓ ਜੀ ਕਿਆ ਬਾਤ ਹੈ ਜੀ, ਮਾਦੀ ਦੀ ਵੀ ਅੱਖ ਬੜੀ ਸਾਫ਼ ਸ਼ਫਾਫ ਜ਼ਰੇਦਾਰ ਅੱਖ, ਬੜੀ ਲਾਜਵਾਬ ਕਿਸਮ ਦੀ ਕਬੂਤਰੀ, ਕਿਆ ਬਾਤ ਹੈ ਜੀ, ਅੱਜ ਉਸਤਾਦ ਜੀ ਬੜੀਆਂ ਟਿੱਪਾਂ ਦੇ ਰਹੇ ਹੋ, ਕੀ ਗੱਲ ਹੈ, ਕੀ ਖਾਧਾ ਅੱਜ ਸੁਬਹਾ ਸੁਬਹਾ? ਨਿਸ਼ਾਨ ਬਾਈ ਤੁਸੀਂ ਚਾਏ ਪਲਾਈ ਬਸ, ਬੜੀ ਟਿਪਸ਼ ਦੇ ਰਹੇ ਹੋ, ਨਿਸ਼ਾਨ ਬਾਈ ਤੁਹਾਡੇ ਹੀ ਨੇ, ਅਸੀਂ ਤਾਂ ਬਸ ਦਾਣਾ ਪਾਉਣ ਲਈ ਨੌਕਰ ਬਣੇ ਹੀ ਹਾਂ, ਬਸ ਕੋਈ ਮਸਲਾ ਨਹੀਂ, ਤੁਹਾਡੇ ਹੀ ਨੇ ਕਬੂਤਰ ਹੈ ਸਾਰੇ, ਕਿਆ ਬਾਤ ਹੈ ਜੀ, ਜ਼ਬਰਦਸਤ,
रखुंदा भी दाओ इंदा भी। लो जी ओवें कुंदा खुल गया जी, नौवां दसवां पार देखो कितने क्या पार। अच्छा बगल हों जी उस्ताद जी, बगल हों मेरे को पुत्र भाई इंशाल्लाह जो जेडे भी दिखावांगा बगल अच्छी वाले ही दिखाओ। ठीक है पंजे भी दाओ, ये भी ब्लड लाइन ओ ही। हाँ जी भाई मियां साहब होनी ब्लड लाइन। ठीक है लाजवाब। ठीक हो गया हम साहब जी किसी दसे दस सलारे तक शौक कराओ उधर मैं करा। लो जी दोस्तों देखो कैसा कबूतर माशाल्लाह, बनावट दे हक च भी कलर दे हक च भी और शानदार। मैं पहले आंदे इन्हां दा शौक कीता, बड़े अच्छे कुंदियां दे कबूतर, बड़ियां अच्छियां हड्डियां, बड़े अच्छे जोड़, लाजवाब किस्म दी अखां, इंज जिवें बांटे फिट होंदे आ चिट्टे सफेद अखां दे विच जरेदार। अच्छा जरेदार भी होने चाहिए अखां साहब जी। जी भाई जरेदार भी होने चाहिए ਇਹਨਾਂ ਨੂੰ ਭਾਈ, ਜਿਹੜੀ ਮਰਜ਼ੀ ਤੁਸੀਂ ਅਟੈਚ ਕਰ ਲਓ ਜ਼ਰੇਦਾਰ। ਠੀਕ ਹੈ ਨਹੀਂ ਇਹ ਬੇਸਿਕ ਜਿਹੜੇ ਕਬੂਤਰ ਨੇ ਇਹਨਾਂ ਦੀਆਂ ਅੱਖਾਂ ਇਹ ਵਕਤ ਦੇ ਨਾਲ ਨਾਲ ਸਫੈਦ ਹੋਈਆਂ ਨੇ। ਨਹੀਂ ਭਾਈ ਇਹ ਨਾ ਬੱਚਿਆਂ ਤੋਂ ਹੀ ਵਾਈਟ ਹੋ ਜਾਂਦੀਆਂ ਨੇ, ਇਹ ਮੇਰੇ ਕੋਲ ਦੋ ਤਿੰਨ ਜੋੜੇ ਨੇ, ਮੈਂ ਉਹਨਾਂ ਨੂੰ ਦੂਸਰਿਆਂ ਵਿੱਚ ਅਟੈਚ ਕਰਕੇ ਅੱਛਾ ਮਜ਼ਾ ਲੈਂਦਾ। ਠੀਕ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਮੇਰੇ ਕੋਲ ਨਾ ਇੱਕ ਦੋ ਹੈਗੇ ਨੇ ਅਤੇ ਤੁਸੀਂ ਮੰਨਣਾ ਹੀ ਨਹੀਂ, ਤੁਸੀਂ ਕਹਿਣਾ ਵੀ ਕਿਆ ਬਾਤ ਹੈ ਜੀ ਇਹ ਵਿੱਚੋਂ ਕੀ ਕੱਢ ਦਿੱਤਾ ਇਹਨਾਂ ਨੂੰ, ਲੇਕਿਨ ਮੈਂ ਇਹਨਾਂ ਨੂੰ ਮੈਂ ਲਾਲ ਭਰੀਆਂ 'ਚ ਅਟੈਚ ਕਰ ਦਊਂ। ਸਲਾਰੇ ਟੈਡੀਆਂ 'ਚ ਡਿਫਰੈਂਟ ਕਲਰ ਨਿਕਲਦੇ? ਹਾਂਜੀ ਡਿਫਰੈਂਟ ਕਲਰ, ਮੈਂ ਤੁਹਾਨੂੰ ਦਿਖਾਉਣਾ ਹੁਣ। ਦੇਖੋ ਜੀ ਇਹਦਾ ਵੀ ਕੁੰਦਾ ਬਹੁਤ ਅੱਛਾ, ਬਗਲ ਦਾ ਵੀ ਬੜਾ ਚੰਗਾ ਹੈ, ਪਰ ਵਾਈਬ੍ਰੇਸ਼ਨ ਦੇਖੋ ਕੈਸੀ ਆ ਰਹੀ। ਇਹ ਦੇਖੋ ਵਾਈਬ੍ਰੇਸ਼ਨ ਕਰ ਰਿਹਾ ਕਬੂਤਰ। ਕਿਸ਼ਨ ਬਾਈ ਮੇਰੇ ਜਿੰਨੇ ਕਬੂਤਰ ਤੁਸੀਂ ਦੇਖੋਗੇ ਨਾ ਕੁੰਦੇ ਬਿਲਕੁਲ ਵਾਈਬ੍ਰੇਸ਼ਨ ਵਾਲੇ ਹੋਣਗੇ, ਲੇਕਿਨ ਬਿਲਕੁਲ ਨਰਮ ਜਿਹੇ ਹੋਣਗੇ। ਦੇਖੋ ਮੈਂ ਨਾ ਅਕਸਰ ਦੋਸਤਾਂ ਨੂੰ ਪਤਾ ਹੋਏਗਾ ਕਿ ਇਹ ਦੇਖੋ ਮੈਂ ਆਮ ਹੀ ਫੜਿਆ, ਕੋਈ ਹੱਥ ਨਹੀਂ ਲਗਾਇਆ ਹੋਇਆ ਕੋਈ ਗੱਲ। ਮੇਰੇ ਅਕਸਰ ਹੀ ਕਬੂਤਰ ਇਸ ਤਰ੍ਹਾਂ ਦੇ ਦਿਖਾਓ ਉਹਦਾ ਰਹਿੰਦੇ ਵੀ ਪੰਜੇ ਲਾਜਵਾਬ। ਠੀਕ ਹੋ ਗਿਆ ਦੇਖੋ ਬਾਈ, ਵਾਹ ਅਕਸਰ ਅਕਸਰ ਭਾਈ ਬਾਬਰ ਸਾਹਿਬ ਉਸਤਾਦ ਬਾਬਰ ਸਾਹਿਬ ਹੁਣੀ ਕਹਿੰਦੇ ਹੁੰਦੇ ਨੇ ਕਿ ਇਹ ਦੇਖੋ ਜੀ ਔਰ ਅੱਛੀ ਅੱਛੇ ਕਬੂਤਰ ਦੀ ਨਿਸ਼ਾਨੀ ਬੜੀ ਬੜੀ ਅੱਛੇ ਕਬੂਤਰ ਦੀ ਨਿਸ਼ਾਨੀ ਹੈ ਕਿਤੇ ਕਰਾ ਰਹੇ ਪਾਨ ਦੀ। ਹਾਂਜੀ ਪਾਨ ਦੀ, ਵਾਹ ਕਿਆ ਬਾਤ ਹੈ ਦੇਖੋ ਕਿੰਨੇ ਕਿੰਨੇ ਕਬੂਤਰਾਂ ਲਈ ਸ਼ੌਕ ਕਰਾਵਾਂਗਾ। ਕਬੂਤਰ ਤਾਂ ਕਾਫੀ ਨੇ ਤਕਰੀਬਨ, ਜਿਸ ਲਿਹਾਜ਼ ਨਾਲ ਹੋਣੇ ਚਾਹੀਦੇ ਇੱਕ ਸ਼ੌਕੀਨ ਕੋਲ ਓਨੇ ਕਬੂਤਰ ਨੇ, ਲੇਕਿਨ ਅੱਛੇ ਕਬੂਤਰ ਨੇ ਬਹੁਤ ਅੱਛੇ। ਅੱਖ ਦਿਖਾਓ ਦਰਸਾਦ ਜੀ ਦੀ ਵੀ, ਕਿਆ ਬਾਤ ਹੈ ਜੀ ਮਜ਼ਾ ਆ ਗਿਆ ਨਿਸ਼ਾਨ ਭਾਈ ਤੁਹਾਨੂੰ ਇੱਕ ਮਜ਼ੇ ਦੀ ਗੱਲ ਸੁਣਾਵਾਂ ਜੀ ਜੀ ਮੇਰੇ ਕੋਲ ਕਬੂਤਰ ਨਾ ਪੰਜ ਛੇ ਦਿਨ ਪਹਿਲੇ ਮੇਰੇ ਗਿਆਰਾਂ ਬਾਰਾਂ ਕਬੂਤਰ ਨਿਕਲ ਗਏ ਸੀ ਇੱਥੋਂ, ਮੇਰਾ ਛੋਟਾ ਬੇਟਾ ਹਾਂਜੀ ਉੱਪਰ ਆਇਆ ਅਤੇ ਉਹਨਾਂ ਨੇ ਇੱਕ ਸਰ
ਗਏ ਸੀ ਨਿਕਲੇ ਟੋਟਲ 11 ਟੋਟਲ 14 15 ਨਿਕਲੇ ਸੀ ਅੱਛਾ ਅੱਛਾ ਤੇ ਬਾਕੀ ਦੋ ਤਿੰਨ ਸਵੇਰ ਨੂੰ ਹਾਂਜੀ ਦੋ ਤਿੰਨ ਸਵੇਰ ਨੂੰ ਆ ਗਏ ਸੀ ਇਹ ਰਾਤ 11 ਵਜੇ ਆਇਆ ਹਾਂਜੀ ਲੋ ਜੀ ਇਹ ਕਬੂਤਰ ਚ ਬੜੀ ਸਲਾਹੀਅਤ ਰੱਖੀ ਫਿਰ ਤੇ ਰਾਤ 11 ਵਜੇ ਘਰ ਆ ਗਿਆ ਬੜਾ ਕਬੂਤਰ ਸਿਆਣਾ ਸਾਜੀ ਫਿਰ ਤੇ ਦੇਖੋ ਇਹਦਾ ਗੁੰਦਾ ਨੌਵਾਂ ਦਸਵਾਂ ਪਾਰ ਕਿਆ ਪਾਰ ਤੇ ਪਹਿਲਾ ਪਾਰੀ ਪਹਿਲੇ ਪਾਰ ਤੋਂ ਹੀ ਸਲਾਰਾਪਨ ਸ਼ੁਰੂ ਹੋ ਗਿਆ ਇਹਦੇ ਲਾਜਵਾਬ ਪੰਜੇ ਵੀ ਦਿਖਾ ਦੇਣਾ ਵਾਹ ਉਧਰੋਂ ਵੀ ਉਂਝੀ ਪਰ ਵੀ ਉਂਝੀ ਨੇ ਠੀਕ ਹੋ ਗਿਆ ਬੰਦਰ ਦਿਖਾ ਦੁਬਾਰਾ ਦਿਖਾ ਦਿਓ ਇਹ ਜੇ ਕਬੂਤਰ ਜਿਹੜਾ ਇੱਥੋਂ ਨਿਕਲ ਗਿਆ ਸੀ ਚਲ ਜੋ ਸਵਾਦ ਰਹਿਣਾ ਇਹ ਸੈਟਅਪ ਇੱਥੋਂ ਨਿਕਲ ਗਿਆ ਜ਼ਰਾ ਜਿਹੜੇ ਸੈਣਾ ਦੇ ਮਕਾਨ ਨੇ ਉਹ ਉੱਚੇ ਗਏ ਠੀਕ ਹੋ ਗਿਆ ਦਿਖਾਉਣਾ ਜ਼ਰਾ ਵੀ ਲਓ ਜੀ ਕਹਿ ਕਬੂਤਰ ਹੈ ਜੇ ਟੈਡੀ ਸਲਾਰਾ ਟੈਡੀ ਕਬੂਤਰ ਗੂੜਾ ਸਲਾਰਾ ਕਿਆ ਬਾਤ ਹੈ ਲਓ ਜੀ ਇਹਦੀਆਂ ਵੀ ਅੱਖਾਂ ਦਿਖਾਉਣਾ ਇਹ ਮੇਰੇ ਕੋਲ ਬਹੁਤ ਪੁਰਾਣਾ ਕਬੂਤਰ ਮੇਰੇ ਕਮ ਅਜ਼ ਕਮ ਮੈਨੂੰ 10 ਸਾਲ ਹੋ ਗਏ ਨੇ ਇਹਨੂੰ ਦੇਖਦੇ ਦੇਖਦੇ ਇਹ ਕਬੂਤਰ ਦੀ ਕਿੰਨੀ ਉਮਰ ਹੈ
ਮੈਨੂੰ ਮੇਰੇ ਕੋਲ 10 ਸਾਲ ਹੋ ਗਏ ਨੇ ਉਸ ਤੋਂ ਪਹਿਲਾਂ ਦਾ ਸ਼ਾਇਦ ਕਿੰਨੀ ਉਮਰ ਦਾ ਹੋਇਆ ਮਤਲਬ ਤੁਸੀਂ ਵੱਡਾ ਹੀ ਲਿਆ ਸੀ ਹਾਂਜੀ ਮੈਂ ਵੱਡਾ ਹੀ ਰਿਜ਼ਲਟ ਦਾ ਕੀ ਸੋਚਦਾ ਬਹੁਤ ਅੱਛਾ ਕੋਈ ਮੇਰਾ ਚਾਚੇ ਵਾਲਾ ਕਬੂਤਰ ਵੱਜਦਾ ਇਹਨੂੰ ਮੈਂ ਕਹਿੰਦਾ ਹੁੰਦਾ ਚਾਚੇ ਵਾਲਾ ਕੀ ਬਾਤ ਮੇਰੇ ਉਸਤਾਦ ਉਹਨਾਂ ਦੀ ਛੱਤ 'ਤੇ ਉਸਤਾਦ ਰੋਜ਼ੀ ਖਾਨ ਦੀ ਛੱਤ 'ਤੇ ਇਹਦਾ ਮੈਂ ਪੁੱਤਰ ਛੱਡਿਆ ਸੀ ਇੱਕ ਹੀ ਠੀਕ ਹੈ ਉਸਤਾਦ ਰੋਜ਼ੀ ਖਾਨ ਆਫ ਅਮਰੀਕਾ ਹਾਂਜੀ ਉਹ ਉਸਤਾਦ ਨੇ ਤੁਹਾਡੇ ਹਾਂਜੀ ਮੇਰੇ ਉਸਤਾਦ ਠੀਕ ਹੈ ਅਤੇ ਉਹਨਾਂ ਦੀ ਮੈਂ ਛੱਤ 'ਤੇ ਕਬੂਤਰ ਛੱਡਿਆ ਸੀ ਬੱਚਾ ਛੱਡਿਆ ਸੀ ਇੱਕ ਠੀਕ ਹੈ ਪੱਕੀ ਫੜਕ ਤੋਂ ਇੱਕ ਫੜਕ ਪਹਿਲੇ 3 ਵਜੇ ਬੈਠਾ ਸੀ 15-20 ਮਿੰਟ ਬਹਿ ਕੇ ਉੱਡ ਕੇ ਰਾਤ ਨੂੰ ਬੈਠਾ ਕੀ ਬਾਤ ਇਹਨੇ ਯਾਨੀ ਕਿ ਉੱਡ ਕੇ ਆਉਣਗੇ ਨਾ ਭਾਈ ਮਹਿਸੂਸ ਹੀ ਨਹੀਂ ਕਰਾਣਗੇ ਮੈਂ ਉੱਡ ਕੇ ਆਏ ਦਸਤੀ ਅੱਛੇ ਵਾਲਾ ਸਿਸਟਮ ਹੋ ਜਾਂਦਾ ਨਾ ਠੀਕ ਹੋ ਗਿਆ ਠੀਕ ਹੋ ਗਿਆ ਪੰਜੇ ਵੀ ਦਿਖਾ ਦੇਣਾ ਲਾਜਵਾਬ ਇਹ ਦੇਖੋ ਪਰੀ ਹਾਂਜੀ ਪਰੀ ਬੜੀ ਲੰਬੀ ਮੇਰੇ ਅਕਸਰ ਕਬੂਤਰਾਂ ਦੀ ਦੇਖਿਆ ਹੋਏਗਾ ਉਹਨੀ ਉਹਨੀ ਛੱਡੋ ਲਓ ਜੀ ਦੋਸਤੋ ਇਹਨਾਂ ਦੇ ਚੱਲਦੇ ਫਿਰਦਿਆਂ ਦਾ ਵੀ ਸ਼ੌਕ ਕਰਾਉਣੇ ਆ ਦੋਸਤਾਂ ਨੂੰ ਇਹ ਦੇਖੋ ਜੀ ਇਹਨਾਂ ਕਬੂਤਰਾਂ ਦਾ ਦੋਸਤਾਂ ਨੂੰ ਸ਼ੌਕ ਕਰਾਇਆ ਟੈਡੀ ਕਬੂਤਰ ਨੇ ਵਿੱਚ ਕੁਛ ਕਬੂਤਰ ਲਾਲ ਪਰੀ ਨੇ ਜਿਹੜੇ ਇਹਨਾਂ ਨਾਲ ਕਰਾਸ ਕੀਤੇ ਆ ਸਾਹ ਜੀ ਇੰਜੀ ਹੈ ਹਾਂਜੀ ਹਾਂਜੀ ਇਹ ਦੇਖੋ ਜੀ ਮੀਆਂ ਸਾਹਿਬ ਵਾਲੇ ਸਲਾਰੇ ਟੈਡੀ ਇਹ ਆਸਾ ਸਾਹਿਬ ਵੀ ਗਹਿਰਾ ਹੋ ਜਾਏਗਾ ਜੀ ਭਾਈ ਸਾਰੇ ਗਹਿਰੇ ਹੋ ਜਾਣਗੇ ਠੀਕ ਇਹ ਪੱਠਾ ਜੇ ਇਹ ਵਾਲਾ ਹਾਂਜੀ ਹਾਂਜੀ ਲੱਗ ਵੀ ਰਿਹਾ 9 ਕੁ ਬਾਰ ਦਾ ਤਕਰੀਬਨ ਲਓ ਜੀ ਦੋਸਤੋ ਇਹਨਾਂ ਕਬੂਤਰਾਂ ਦਾ ਦੋਸਤਾਂ ਨੂੰ ਸ਼ੌਕ ਕਰਾਇਆ ਅਤੇ ਉਮੀਦ ਕਰਨਾ ਵੀਡੀਓ ਦੇਖ ਕੇ ਮਜ਼ਾ ਆਏਗਾ ਦੋਸਤਾਂ ਨੂੰ ਅਗਰ ਵੀਡੀਓ ਪਸੰਦ ਆਏ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਔਰ ਇਹ ਦੇਖੋ ਇਹ ਚਾਚੇ ਵਾਲੇ ਕਬੂਤਰ ਦਾ ਵੀ ਸ਼ੌਕ ਕਰਾਇਆ ਤੁਹਾਨੂੰ ਅਤੇ ਇਨਸ਼ਾਅੱਲਾ ਤਾਲਾ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਉਨੀ ਦੇਰ ਵਾਸਤੇ ਆਪਣੇ ਭਾਈ ਨੂੰ ਦੇਣਾ ਇਜਾਜ਼ਤ ਪਾਕਿਸਤਾਨ ਅਤੇ ਜ਼ਿੰਦਾਬਾਦ ਅੱਲਾ ਹਾਫਿਜ਼